ਜਦੋਂ ਗੱਲ ਆਉਂਦੀ ਹੈ ਆਰਥੋਪੈਡਿਕਸ ਦੀ ਤੇ ਇਸ ਵਿਸ਼ੇ ਤੇ ਗੱਲ ਕਰਨੀ ਹੋਰ ਵੀ ਜ਼ਿਆਦਾ ਲਾਜ਼ਮੀ ਹੋ ਜਾਂਦੀ ਹੈ ਹਿਸਟਰੀ ਆਫ ਆਰਥੋਪੈਡਿਕਸ ਇਹਦਾ ਮਤਲਬ ਹੁੰਦਾ ਹੈ ਸਟ੍ਰੇਟ ਚਾਈਲਡ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਆਰਥੋਪੈਡਿਕਸ ਦਾ ਮਤਲਬ ਇਹ ਆ ਵੀ ਜਿੰਨੀਆਂ ਵੀ ਬੋਨ ਜੁਆਇੰਟਸ ਮਸਲ ਟੈਂਡਨ ਜਾਂ ਲੱਤਾਂ ਤੇ ਬਾਹਾਂ ਦੀਆਂ ਨਰਵਸ ਤੇ ਵੈਸਲਸ ਦੀਆਂ ਇੰਜਰੀਜ਼ ਜਿੰਨੀਆਂ ਵੀ ਹੈਗੀਆਂ ਉਹ ਮੋਟੇ ਤੌਰ ਤੇ ਆਰਥੋਪੈਡਿਕਸ ਦੇ ਵਿੱਚ ਆ ਜਾਂਦੀਆਂ ਇੰਜਰੀ ਤਾਂ ਇੰਜਰੀ ਹੈ ਜੀ ਸਪੋਰਟਸ ਇੰਜਰੀ ਔਰ ਨਾਰਮਲ ਇੰਜਰੀ ਇਸ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਜਿਵੇਂ ਤੁਸੀਂ ਕਿਹਾ ਕਿ ਇੰਜਰੀ ਤਾਂ ਇੰਜਰੀ ਹੈ ਬਿਲਕੁਲ ਠੀਕ ਕਿਹਾ ਤੁਸੀਂ ਪਰ ਇੰਜਰੀ ਦਾ ਟ੍ਰੀਟਮੈਂਟ ਅਸੀਂ ਡਿਫਰੈਂਟਲੀ ਕਰਦੇ ਹਾਂ ਹੁਣ ਆਮ ਇੰਜਰੀ ਆ ਜਾਵੇ ਅਸੀਂ ਕਹਿੰਦੇ ਹਾਂ ਜੀ ਕਿ 10 ਦਿਨ ਤੁਸੀਂ ਪੱਟੀ ਬੰਨ ਕੇ ਦੇਖ ਲਓ ਫਿਰ ਜੇ ਨਾ ਠੀਕ ਹੋਇਆ ਫਿਰ ਅਸੀਂ MRI ਕਰਾ ਲਾਂਗੇ ਪਰ ਸਪੋਰਟਸ ਪਰਸਨ ਦੇ ਵਿੱਚ ਅਸੀਂ ਡੇ 1 ਤੇ ਹੀ ਸਾਰੀਆਂ ਇਨਵੈਸਟੀਗੇਸ਼ਨ ਸਫਿਸਟੀਕੇਟਡ ਕਰਾ ਕੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਆਪਾਂ ਜਲਦੀ ਤੋਂ ਜਲਦੀ ਚਾਹੇ ਸਾਨੂੰ ਆਪਰੇਸ਼ਨ ਹੀ ਕਰਨਾ ਪਵੇ ਉਹਨੂੰ ਆਪਾਂ ਸੇਮ ਲੈਵਲ ਤੇ ਲੈ ਕੇ ਜਾਈਏ ਤਾਜ ਨਾਲ ਕੀ ਹੁੰਦਾ ਲੋਕਲ ਸਰਕੂਲੇਸ਼ਨ ਵੱਧ ਜਾਂਦੀ ਆ ਉਸ ਏਰੀਏ ਦੀ ਲੋਕਲ ਸਰਕੂਲੇਸ਼ਨ ਹੋਣ ਦੇ ਨਾਲ ਜਿਹੜੀਆਂ ਇੰਜਰੀ ਕਰਕੇ ਸਾਡੇ ਕਈ ਖਰਾਬ ਮੈਟਾਬੋਲਾਈਟ ਉਸ ਏਰੀਆ 'ਚ ਆ ਉਹ ਵਾਸ਼ ਆਊਟ ਹੋ ਜਾਂਦੇ ਜੀ ਸੋ ਮਸਾਜ ਇਜ਼ ਅ ਟ੍ਰੀਟਮੈਂਟ ਬਟ ਸਾਇੰਟੀਫਿਕਲੀ ਕਰਨਾ ਜੀ ਦਾ ਅਨਮਿਊਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਸੁਖਬੀਰ ਕੌਰ ਦਾ ਅਨਮਿਊਟ ਦਾ ਖਾਸ ਪ੍ਰੋਗਰਾਮ ਹੈਲਥ ਟਾਕਸ ਜਿਸ ਵਿੱਚ ਅਸੀਂ ਤੁਹਾਨੂੰ ਵੱਖ ਵੱਖ ਡਾਕਟਰ ਮਾਹਿਰ ਮਹਿਮਾਨਾਂ ਦੇ ਨਾਲ ਮਿਲਾਉਂਦੇ ਹਾਂ ਅਤੇ ਜੇਕਰ ਸਾਡੀ ਸਿਹਤ ਸਹੀ ਹੈ ਤਾਂ ਸਾਨੂੰ ਸਭ ਕੁਛ ਵਧੀਆ ਲੱਗਦਾ ਕਹਿੰਦੇ ਨੇ ਜਾਣ ਹੈ ਤਾਂ ਜਹਾਨ ਹੈ ਜੇਕਰ ਸਾਡੀ ਸਿਹਤ ਸਹੀ ਨਹੀਂ ਹੁੰਦੀ ਤਾਂ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੋ ਇਸ ਕਰਕੇ ਹੀ ਅਸੀਂ ਰੱਖਦੇ ਹਾਂ ਤੁਹਾਡੀ ਸਿਹਤ ਦਾ ਪੂਰਾ ਪੂਰਾ ਖਿਆਲ ਔਰ ਜਦੋਂ ਗੱਲ ਆਉਂਦੀ ਹੈ ਸਪੋਰਟਸ ਦੀ ਤਾਂ ਜੇਕਰ ਤੁਸੀਂ ਸਪੋਰਟਸ ਪਰਸਨ ਹੋ ਤਾਂ ਅੱਜ ਦਾ ਇਹ ਪ੍ਰੋਗਰਾਮ ਹੋਰ ਵੀ ਖਾਸ ਹੋ ਜਾਂਦਾ ਤੁਹਾਡੇ ਲਈ ਤੁਹਾਡਾ ਦੇਖਣਾ ਇਸ ਪ੍ਰੋਗਰਾਮ ਨੂੰ ਲਾਜ਼ਮੀ ਹੈ ਕਿਉਂਕਿ ਅੱਜ ਅਸੀਂ ਤੁਹਾਡੀ ਮੁਲਾਕਾਤ ਅਜਿਹੇ ਮਹਿਮਾਨ ਦੇ ਨਾਲ ਕਰਵਾ ਰਹੇ ਹਾਂ ਸਾਡੇ ਪ੍ਰੋਗਰਾਮ ਦਾ ਜੋ ਸ਼ਿੰਗਾਰ ਬਣੇ ਨੇ ਡਾਕਟਰ ਰਵੀ ਗੁਪਤਾ ਜੀ ਜੋ ਕਿ ਡਾਇਰੈਕਟਰ ਨੇ ਇਸ ਸਮੇਂ ਫੋਰਟੀਜ਼ ਹੋਸਪਿਟਲ ਮੋਹਾਲੀ ਦੇ ਵਿੱਚ ਸਰ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਔਰ ਜਿਵੇਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਕਿ ਜਾਣ ਹੈ ਤਾਂ ਜਹਾਨ ਹੈ ਔਰ ਜਦੋਂ ਗੱਲ ਆਉਂਦੀ ਹੈ ਆਰਥੋਪੈਡਿਕਸ ਦੀ ਤਾਂ ਇਸ ਵਿਸ਼ੇ 'ਤੇ ਗੱਲ ਕਰਨੀ ਹੋਰ ਵੀ ਜ਼ਿਆਦਾ ਲਾਜ਼ਮੀ ਹੋ ਜਾਂਦੀ ਹੈ ਜੇਕਰ ਮੈਂ ਤੁਹਾਡੇ ਕੋਲੋਂ ਇੱਕ ਪਿਕਚਰ ਲੈਣੀ ਚਾਹਵਾਂ ਮਤਲਬ ਇੱਕ ਤਸਵੀਰ ਖਿੱਚਣੀ ਚਾਹਵਾਂ ਆਰਥੋਪੈਡਿਕਸ ਅਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਐਕਸਪਲੇਨ ਕਰੋਗੇ ਦੇਖੋ ਆਰਥੋਪੈਡਿਕਸ ਜੇ ਆਪਾਂ ਇਸ ਸ਼ਬਦ 'ਤੇ ਜਾਈਏ ਹਿਸਟਰੀ ਆਫ ਆਰਥੋਪੈਡਿਕਸ ਇਹਦਾ ਮਤਲਬ ਹੁੰਦਾ ਸਟ੍ਰੇਟ ਚਾਈਲਡ ਜੀ ਜਦੋਂ ਇਹ ਸਾਇੰਸ ਸਾਡੀ ਸ਼ੁਰੂ ਹੋਈ ਉਦੋਂ ਜਿਹੜੇ ਬੱਚਿਆਂ ਦੀਆਂ ਕੋਈ ਡਿਫੋਰਮਿਟੀਜ਼ ਹੁੰਦੀਆਂ ਸੀਗੀਆਂ ਪੈਰ ਬਿੰਗੇ ਹੁੰਦੇ ਸੀ ਹੱਥ ਬਿੰਗੇ ਹੁੰਦੇ ਸੀ ਜਿਹੜੇ ਲੋਕ ਉਹਨਾਂ ਨੂੰ ਸਿੱਧਾ ਕਰਦੇ ਸੀਗੇ ਉਹ ਆਰਥੋਪੈਡਿਕ ਸਾਇੰਸ ਦੇ ਵਿੱਚ ਆ ਗਿਆ ਸਾਰਾ ਕੁਝ ਜੀ ਪਰ ਉਸ ਤੋਂ ਬਾਅਦ ਫਿਰ ਸਾਇੰਸ ਵੱਧਦੀ ਰਹੀ ਅਤੇ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਆਰਥੋਪੈਡਿਕਸ ਦਾ ਮਤਲਬ ਇਹ ਆ ਵੀ ਜਿੰਨੀਆਂ ਵੀ ਬੋਨ ਜੁਆਇੰਟਸ ਮਸਲ ਟੈਂਡਨ ਜਾਂ ਲੱਤਾਂ ਅਤੇ ਬਾਹਾਂ ਦੀਆਂ ਨਰਵਸ ਅਤੇ ਵੈਸਲਸ ਦੀਆਂ ਇੰਜਰੀਜ਼ ਜਿੰਨੀਆਂ ਵੀ ਹੈਗੀਆਂ ਉਹ ਮੋਟੇ ਤੌਰ 'ਤੇ ਆਰਥੋਪੈਡਿਕਸ ਦੇ ਵਿੱਚ ਆ ਜਾਂਦੀਆਂ ਜਾਂ ਇੰਜਰੀਜ਼ ਜਾਂ ਈਵਨ ਦੂਸਰੀਆਂ ਪ੍ਰੋਬਲਮਸ ਜਿਹੜੀਆਂ ਕਈ ਡਿਜ਼ੀਜ਼ ਚਾਹੇ ਉਹ ਬੋਨਸ ਦੇ ਕੈਂਸਰਸ ਹੋਣ ਜਾਂ ਇਨਫੈਕਸ਼ਨਸ ਹੋਣ ਜਾਂ ਜਮਾਂਦਰੂ ਬਿਮਾਰੀਆਂ ਹੋਣ ਉਹ ਸਾਰੀਆਂ ਆਰਥੋਪੈਡਿਕਸ ਆ ਜਾਂਦੀਆਂ ਗੱਲ ਕੀਤੀ ਹੈ ਤੁਸੀਂ ਜਮਾਂਦਰੂ ਬਿਮਾਰੀਆਂ ਦੀ ਤਾਂ ਇਹ ਗੱਲ ਕਰਨੀ ਲਾਜ਼ਮੀ ਬਣ ਜਾਂਦੀ ਹੈ ਕਿ ਜਿਸ ਤਰ੍ਹਾਂ ਮੈਡੀਕਲ ਸਾਇੰਸ ਦੇ ਵਿੱਚ ਕਹਿੰਦੇ ਨੇ ਕਿ ਜਿੰਨੀ ਜਲਦੀ ਬਿਮਾਰੀ ਜਿਹੜੀ ਹੈ ਉਹ ਫੜੀ ਜਾਵੇ ਉਹਦਾ ਇਲਾਜ ਜਿਹੜਾ ਉਹ ਸਟਾਰਟ ਹੋ ਜਾਵੇ ਜਿਵੇਂ ਤੁਸੀਂ ਦੱਸਿਆ ਗੱਲ ਕੀਤੀ ਬੱਚਿਆਂ ਦੀਆਂ ਹੱਡੀਆਂ ਹੱਥ ਪੈਰ ਜਿਹੜੇ ਟੇਢੇ ਹੋ ਜਾਂਦੇ ਨੇ ਮਤਲਬ ਜਦੋਂ ਸਾਨੂੰ ਪਤਾ ਲੱਗਦਾ ਕਿਹੜੇ ਲੱਛਣ ਨੇ ਕਿ ਸਾਨੂੰ ਬੱਚਿਆਂ ਦੇ ਲੈਵਲ 'ਤੇ ਮੈਂ ਗੱਲ ਕਰ ਰਹੀ ਹਾਂ ਕਿ ਸਾਨੂੰ ਪਤਾ ਲੱਗ ਜਾਂਦਾ ਕਿ ਜਿਸ ਤਰ੍ਹਾਂ ਬੱਚਾ ਚੱਲ ਨਹੀਂ ਰਿਹਾ ਜਾਂ ਬੱਚੇ ਦੇ ਕਈ ਵਾਰੀ ਬੇਡ ਡਿਸਿਸਟ ਦੀ ਅਸੀਂ ਗੱਲ ਕਰ ਲੈਂਦੇ ਹਾਂ ਬਚਪਨ ਦੇ ਵਿੱਚ ਵੀ ਇਹ ਜਿਹੜੀਆਂ ਬਿਮਾਰੀਆਂ ਨੇ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੀਆਂ ਨੇ ਕੀ ਦੱਸਣਾ ਚਾਹੋਗੇ ਇਸ ਬਾਰੇ ਦੇਖੋ ਹੁਣ ਤਾਂ ਸਾਡੇ ਸਿਸਟਮ ਇੰਨੇ ਵਧੀਆ ਬਣ ਗਏ ਮੈਡੀਕਲ ਸਾਇੰਸ ਦੇ ਜੀ ਜਦੋਂ ਬੱਚਾ ਪੈਦਾ ਹੁੰਦਾ ਸਰਕਾਰ ਕਹਿੰਦੀ ਹੈ ਜੀ ਕਿ ਸਾਰੇ ਬੱਚੇ ਜਿਹੜੇ ਹੈ ਅੰਡਰ ਸੁਪਰਵਿਜ਼ਨ ਪੈਦਾ ਹੋਣ ਜੀ ਪਹਿਲਾਂ ਹੋਮ ਡਿਲੀਵਰੀਜ਼ ਘਰਾਂ 'ਚ ਹੁੰਦੀਆਂ ਸੀਗੀਆਂ ਹੁਣ ਵੀ ਹੋਮ ਜੇ ਉਹ ਕਰਦੀਆਂ ਤਾਂ ਉਹ ਕਹਿੰਦੇ ਜੀ ਕਿ ਇਟ ਸ਼ੁੱਡ ਬੀ ਸੁਪਰਵਾਈਜ਼ ਜੀ ਉਹਦੇ ਵਿੱਚ ਕੀ ਹੁੰਦਾ ਜਿਹੜਾ ਵੀ ਬੰਦਾ ਸੁਪਰਵਾਈਜ਼ ਕਰ ਰਿਹਾ ਹੁੰਦਾ ਜਾਂ ਡਾਕਟਰ ਹੁੰਦਾ ਉਦੋਂ ਬੱਚਿਆਂ ਦਾ ਨਾਲ ਉਹ ਦੇਖਦੇ ਆ ਕਿ ਬੱਚਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਾਂ ਠੀਕ ਹੈ ਉਹਦੇ ਹੱਥ ਪੈਰ ਵੀ ਦੇਖ ਲੈਂਦੇ ਆ ਜੇ ਜ਼ਰੂਰਤ ਹੋਵੇ ਤਾਂ ਇਮੀਡੀਏਟਲੀ ਉਹ ਸਪੈਸ਼ਲਿਸਟ ਕੋਲ ਭੇਜ ਦਿੰਦੇ ਆ ਜੀ ਸੋ ਅੱਜ ਦੀ ਡੇਟ ਦੇ ਵਿੱਚ ਬਹੁਤ ਹੀ ਜਲਦੀ ਡਾਇਗਨੋਸ ਹੋ ਜਾਂਦੀਆਂ ਤੇ ਨਾਲ ਦੀ ਨਾਲ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ
जी गल करते हैं क्योंकि प्रोग्राम की शुरुआत दे विच मैं गल की है स्पोर्ट्स इंजरी तो सवाल ये पैदा हो जाता है तो इंजरी है जी, जी स्पोर्ट्स इंजरी और नॉर्मल इंजरी इस दे विच की फर्क महसूस कर दे हो जिवें तुसीं कहा कि इंजरी तो इंजरी है बिल्कुल ठीक कहा तुसीं पर इंजरी का ट्रीटमेंट असीं डिफरेंटली करते हैं जी क्योंकि हुण स्पोर्ट्स एंटरटेनमेंट या रीक्रिएशन लई नहीं खेली जाती बिल्कुल स्पोर्ट्स एक कैरियर बन चुका हुण अज दी डेट च ते जिहड़े स्पोर्ट्स परसन है उन्हां नूं चाहीदा कि भी जल्दी तो जल्दी वह वापस अपनी गेम दे विच जा पाण और उसी लैवल ते जा पाण जिस लैवल ते इंजरी करके वह उन्होंने गेम छड्डी सी सो इस करके स्पोर्ट्स इंजरी एक इटसेल्फ स्पैशलिटी उभर के आई है जी इंजरीज ऑलमोस्ट सिमिलर हुंदियां उह जिहड़ियां कि नॉन स्पोर्ट्स दे विच भी हो सकदियां स्पोर्ट्स भी हो सकदियां बिल्कुल पर स्पोर्ट्समैन दे विच असीं एक तां बड़े अग्रैसिवली डायग्नोज करदे हां हुण आम इंजरी आ जावे असीं कहिंदे हां जी कि 10 दिन तुसीं पट्टी बन के देख लो फिर जे ना ठीक होया फिर असीं MRI करा लांगे पर स्पोर्ट्स परसन दे विच असीं डे 1 ते ही सारियां इन्वेस्टिगेशन सोफिस्टिकेटेड करा के और असीं कोशिश करदे हां कि भी जे एक ट्रीटमेंट उहदा हैगा कि जी प्लस्तर ला के 3 महीनियां च ठीक होना पर असीं जे छोटा जिहा ऑपरेशन कर दईए ते उह जिहड़ा 3 हफ्तियां च वापस जा सकदा गेम च ते स्पोर्ट्स परसन दे विच असीं कोशिश करदे हां कि उहनूं आपां जल्दी तों जल्दी चाहे सानूं ऑपरेशन ही करना पवे उहनूं आपां सेम लैवल ते लै के जाइए तीसरी गल इह हुंदी है कि जिहड़ा आम आदमी है जां नॉन स्पोर्ट्स परसन है उन्हों लगता कि जी चलो कोई नहीं जे 100 चो 95% भी फंक्शन आ गया मैं ऑपरेशन तो बचना चाहना जी पर स्पोर्ट्स परसन कहता मेरा तो 100 दा 100% आना चाहिए करियर की गल आ जाए करियर की गल आ जाए बिल्कुल इस करके स्पोर्ट्स इंजरीज का ट्रीटमेंट पिछले 25-30 साल इन्ना एडवांस्ड हो गया कि हुण इह इटसेल्फ एक स्पैशलिटी बन गई है तो स्पोर्ट्स इंजरी के एक्सपर्ट्स बन गए स्पोर्ट्समैन की जो असं गल करते हैं स्पोर्ट्स परसन की जो असं गल करते हैं तो कई बार जोश के होश तो भी कम लेना पैंता नॉर्मली असं देखते हैं रूटीन लाइफ के असं देखते हैं असं भी जिम जाते हैं तो लाइक कई बार देखी दा कि हाँ जी कितने स्ट्रेन आ गया या कुछ हो गया तो कोई गल नहीं अक्सर कहते हैं नॉर्मली कि अपने आप ठीक हो जाऊगा की कहना चाहोगे देखो तुम एक बड़ा चंगा शब्द यूज किया जोश के होश की गल जी क्योंकि जड़े नवे उभर के स्पोर्ट्स परसन होंगे वह चाहते हैं कि मैं जल्दी तो जल्दी कैरियर के पीक से चल जावा तो कई बार इस तरह दियां गलतियां कर जाते हैं कि जिहड़ा एक्चुअली उन्होंने बॉडी से नुकसान कर दियां सो होश दे विच रहना बहुत जरूरी है जिवें कि उन्हां दी हर एक इंसान की बॉडी की एक कपैसिटी है जी असी कपैसिटी बढ़ा सकते हैं एक्सरसाइज करके मसल डिवेलप करके पर जे असी उस कपैसिटी तो बियॉन्ड बिना बधाए ही गेम खेडन की कोशिश करिए तो इंजरीज ज़्यादा कॉमन हो जाए कई बार ऐसा इंजरीज भी हो जाए कि वो उस लैवल से दोबारा वापस नहीं आ सकता सो अजक जिन्हें साढ़े कोचिज ने या स्पोर्ट्स फिजियो ने या स्पोर्ट्स डॉक्टर्स ने वह सबनों गाइड करते हैं पहला वार्म अप होवो तुम 100 मीटर दौड़ो तुम 150 मीटर दौड़ो पर जे कोई आदमी होश गवा के उस तो बियॉन्ड करन दी गल करदा तां फिर इंजरी जिहड़ी है वो ज़्यादा हो जाती है ज़्यादा हो सो जोश दे विच होश रहना बहुत जरूरी है और दूसरी गल तुसी कही कि जी असी कई बार होश गवा के कहने कि इदा ही ठीक हो जाएगी जिहड़ा स्पोर्ट्स परसन है उन्हूं इमीजिएटली मैडिकल एड लैनी चाहिए है और बल्कि साइंटिफिक मेडिकल एड लैनी चाहिए है कई बार असं मालिश वाले को चले जाने क्रैक्स के कोल चले जाने कि जी उतों ठीक करा लाँगे ठीक है बहुत सारिया इंजरीज इस तरह दुनिया जीडिया कि अपने आप ठीक हो जाए जे तुसी ना भी ट्रीट करो मोस्टली जेडे क्वैक्स ने इंजरीज टाइम ना ठीक हो जाए द क्रेडिट गोज टू क्वैक बट जो इंजरीज न ट्रीटमेंट की एक्चुअल जरूरत है मिस होके ਨਗਲੈਕਟ ਹੋ ਜਾਂਦੇ ਨੇ ਡਾਕਟਰ ਸਾਹਿਬ ਤੁਸੀਂ ਬਹੁਤ ਅੱਛੀ ਗੱਲ ਕੀਤੀ ਮਾਲਿਸ਼ ਦੀ ਮਸਾਜ ਕਰਦੇ ਨੇ ਮਤਲਬ ਜੇਕਰ ਮੈਂ ਆਪਣੀ ਨੌਲੇਜ ਦੇ ਅਕੋਰਡਿੰਗਲੀ ਗੱਲ ਕਰਾਂ ਤਾਂ ਜਿਹੜੀ ਸਾਡੀ ਹੱਡੀ ਹੁੰਦੀ ਆ ਉਹ ਤਾਂ ਬਹੁਤ ਅੱਗੇ ਜਾ ਕੇ ਹੁੰਦੀ ਹੈ ਮਤਲਬ ਇਹ ਟੈਂਪਰਰੀ ਰਿਲੀਫ ਨੇ ਜਾਂ ਕੀ ਤੁਸੀਂ ਕੀ ਸਮਝਦੇ ਹੋ ਮੈਡੀਕਲ ਸਾਇੰਸ ਦੇ ਵਿੱਚ ਕਿ ਜਿਸ ਤਰ੍ਹਾਂ ਕੋਈ ਆਇੰਟਮੈਂਟ ਲਗਾ ਲਈ ਥੋੜ੍ਹੇ ਟਾਈਮ ਦੇ ਲਈ ਉਹ ਤੁਹਾਨੂੰ ਸੈਂਸੇਸ਼ਨ ਹੋ ਗਈ ਤਾਂ ਤੁਹਾਨੂੰ ਲੱਗਦਾ ਹੈ ਕਿ ਰਿਲੀਫ ਹੈ ਬਟ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਬੋਨ ਦੇ ਵਿੱਚ ਹੁੰਦੀ ਹੈ ਦੇਖੋ ਜਿਹੜਾ ਸਾਡਾ ਸਰੀਰ ਹੈ ਨਾ ਜੀ ਇਹਨੂੰ ਤੁਸੀਂ ਕਿਸੇ ਵੀ ਟਿਸ਼ੂ ਨੂੰ ਬਿਲਕੁਲ ਸੈਪਰੇਟ ਨਹੀਂ ਕਰ ਸਕਦੇ ਜੀ ਬੋਨ ਦੇ ਉੱਤੇ ਮਸਲ ਲੱਗੇ ਹੋਏ ਨੇ ਲਿਗਾਮੈਂਟ ਲੱਗੇ ਹੋਏ ਨੇ ਅੱਗੇ ਮਸਲਸ ਦੇ ਉੱਤੇ ਸਕਿਨ ਲੱਗੀ ਹੋਈ ਹੈ ਜੀ ਸੋ ਜਦੋਂ ਵੀ ਪੇਨ ਸਟਾਰਟ ਹੁੰਦੀ ਹੈ ਚਾਹੇ ਉਹ ਬੋਨ ਸਟਾਰਟ ਹੋਵੇ ਤੇ ਉਹਦੇ ਆਲੇ ਦੁਆਲੇ ਇਨਫਲਾਮੇਸ਼ਨ ਜਦੋਂ ਹੁੰਦੀ ਹੈ ਥੋੜੀ ਬਹੁਤੀ ਮਸਲਸ ਲਿਗਾਮੈਂਟਸ ਦੇ ਵਿੱਚ ਵੀ ਹੁੰਦੀ ਹੈ
ਸੋ ਮਸਾਜ ਮੈਂ ਇਹ ਨਹੀਂ ਕਹਿ ਰਿਹਾ ਕਿ ਬਿਲਕੁਲ ਨਹੀਂ ਕਰਨਾ ਚਾਹੀਦਾ ਜੀ, ਇਟਸ ਇਟਸ ਅ ਟ੍ਰੀਟਮੈਂਟ ਜੀ। ਸੋ ਮਸਾਜ ਨਾਲ ਕੀ ਹੁੰਦਾ, ਲੋਕਲ ਸਰਕੂਲੇਸ਼ਨ ਵੱਧ ਜਾਂਦੀ ਆ ਉਸ ਏਰੀਏ ਦੀ, ਲੋਕਲ ਸਰਕੂਲੇਸ਼ਨ ਹੋਣ ਦੇ ਨਾਲ ਜਿਹੜੀਆਂ ਇੰਜਰੀ ਕਰਕੇ ਸਾਡੇ ਕਈ ਖਰਾਬ ਮੈਟਾਬੋਲਾਈਟ ਉਸ ਏਰੀਆ 'ਚ ਆ ਉਹ ਵਾਸ਼ ਆਊਟ ਹੋ ਜਾਂਦੇ ਆ ਜੀ। ਸੋ ਮਸਾਜ ਇਜ਼ ਅ ਟ੍ਰੀਟਮੈਂਟ ਬਟ ਸਾਇੰਟੀਫਿਕਲੀ ਕਰਨਾ ਜੀ। ਠੀਕ ਹੈ ਸਰ, ਮੈਂ ਆਉਣਾ ਚਾਹੂੰਗੀ ਕਿਉਂਕਿ ਇਸ ਗੱਲ ਦਾ ਜ਼ਿਕਰ ਕਰਨਾ ਲਾਜ਼ਮੀ ਹੈ, ਕਿਉਂਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਮੈਂ ਇਹ ਗੱਲ ਕੀਤੀ ਕਿ ਜੇਕਰ ਤੁਸੀਂ ਸਪੋਰਟਸ ਪਰਸਨ ਹੋ ਤਾਂ ਇਹ ਪ੍ਰੋਗਰਾਮ ਤੁਹਾਡੇ ਲਈ ਵੇਖਣਾ ਲਾਜ਼ਮੀ ਹੈ। ਸੋ ਇੱਥੇ ਗੱਲ ਕਰਨਾ ਚਾਹੂੰਗੀ ਕਿ ਤੁਸੀਂ ਬਹੁਤ ਸਾਰੇ ਕ੍ਰਿਕਟਰ, ਬਹੁਤ ਸਾਰੇ ਇੰਟਰਨੈਸ਼ਨਲ ਪਲੇਅਰਸ, ਉਹਨਾਂ ਦਾ ਇਲਾਜ ਕੀਤਾ, ਟ੍ਰੀਟਮੈਂਟ ਕੀਤਾ। ਇੱਥੇ ਜ਼ਿਕਰ ਕਰਨਾ ਚਾਹੂੰਗੀ ਪਾਕਿਸਤਾਨੀ ਕ੍ਰਿਕਟਰ ਸਾਡੇ ਜਿਹੜੇ ਹੋਏ ਨੇ, ਅਬਦੁਲ ਰਾਜ਼ਾਕ, ਉਹਨਾਂ ਦੀ ਗੱਲ ਕਰਨਾ ਚਾਹਾਂਗੀ ਕਿ ਕਹਿੰਦੇ ਇੱਕ ਡਾਕਟਰ ਹੁੰਦਾ ਹੈ, ਉਹਦੇ ਤੋਂ ਸਾਨੂੰ ਪੋਜ਼ਿਟਿਵ ਵਾਈਬਸ ਆਉਂਦੀਆਂ, ਮਤਲਬ ਲਾਈਕ ਜਦੋਂ ਅਸੀਂ ਵੀ ਅੱਜ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਅਸੀਂ ਫੀਲ ਕਰ ਰਹੇ ਹਾਂ ਕਿ ਇੱਕ ਪੋਜ਼ਿਟਿਵ ਵਾਈਬਸ ਆਉਂਦੀਆਂ। ਅਤੇ ਜੇਕਰ ਤੁਹਾਡੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਹੋਣਗੇ ਤਾਂ ਉਹਨਾਂ ਨੂੰ ਤਾਂ ਤੁਸੀਂ ਮੇਰੇ ਖਿਆਲ 'ਚ ਗੱਲਾਂ ਨਾਲ ਵੀ ਠੀਕ ਕਰ ਦਿੰਦੇ ਹੋਵੋਗੇ, ਐਂਡ ਚਲੋ ਇਲਾਜ ਤਾਂ ਕਰਦੇ, ਮਤਲਬ ਉਸ ਗੱਲ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹੂੰਗੀ ਕਿਉਂਕਿ ਇੱਕ ਡਾਕਟਰ, ਨੋਰਮਲ ਡਾਕਟਰ ਜਿਸ ਤਰ੍ਹਾਂ ਅੱਜ ਅਸੀਂ ਤੁਹਾਨੂੰ ਮਿਲੇ ਹਾਂ, ਸਾਡੇ ਤੁਹਾਡੇ ਨਾਲ ਫਾਰਮਲ ਇੰਟਰੋਡਕਸ਼ਨ ਹੁੰਦੀ ਹੈ, ਉਸ ਤੋਂ ਬਾਅਦ ਫੈਮਿਲੀ ਰਿਲੇਸ਼ਨ ਬਣ ਜਾਂਦੇ ਨੇ, ਔਰ ਤੁਹਾਡੇ ਪੇਸ਼ੈਂਟ ਦੇ ਨਾਲ ਜਦੋਂ ਤੁਹਾਡੇ ਫੈਮਿਲੀ ਰਿਲੇਸ਼ਨ ਬਣ ਜਾਂਦੇ ਨੇ, ਔਰ ਇੰਟਰਨੈਸ਼ਨਲ ਲੈਵਲ 'ਤੇ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਉਸ ਲੈਵਲ 'ਤੇ ਬਣ ਜਾਂਦੇ ਨੇ, ਤਾਂ ਫਿਰ ਇਸ ਗੱਲ ਦਾ ਜ਼ਿਕਰ ਕਰਨਾ ਸਾਡੇ ਪ੍ਰੋਗਰਾਮ 'ਚ ਲਾਜ਼ਮੀ ਹੋ ਜਾਂਦਾ ਹੈ। ਦੇਖੋ, ਅਬਦੁਲ ਰਜ਼ਾਕ 97 'ਚ ਸ਼ਾਇਦ 16-17 ਸਾਲ ਦਾ ਸੀਗਾ ਜੀ, ਫਸਟ ਫਿਊ ਮੈਚਸ ਦੇ ਵਿੱਚ ਹੀ ਉਹਦੇ ਬੜੀ ਸੀਰੀਅਸ ਇੰਜਰੀ ਹੋ ਗਈ ਜੀ, ਔਰ ਉਦੋਂ ਮੋਹਾਲੀ ਦੇ PCA ਸਟੇਡੀਅਮ 'ਚ ਇੰਡੀਆ ਪਾਕਿਸਤਾਨ ਦਾ ਮੈਚ ਸੀਗਾ, ਅਤੇ ਟੀਮ ਦੇ ਨਾਲ ਇੱਕ ਜਰਮਨ ਫਿਜ਼ੀਓ ਡਾਕਟਰ ਸੀ ਉਹਨਾਂ ਦੇ, ਅਤੇ ਉਹਨਾਂ ਨੇ ਐਡਵਾਈਜ਼ ਕੀਤਾ ਵੀ ਇਹਨੂੰ ਕੁਛ ਹਫ਼ਤਿਆਂ ਲਈ ਜਾਂ ਮਹੀਨਿਆਂ ਲਈ ਗੇਮ ਤੋਂ ਰੈਸਟ ਕਰਨਾ ਚਾਹੀਦਾ ਜੀ। ਬਟ ਅਬਦੁਲ ਰਜ਼ਾਕ ਮੇਰੇ ਕੋਲ ਆਏ, ਉਦੋਂ ਮੈਂ ਚੰਡੀਗੜ੍ਹ 'ਚ ਸੀਗਾ, ਅਤੇ ਅਸੀਂ ਉਹਨਾਂ ਦੀ ਇੱਕ ਬੜੀ ਮਾਈਨਰ ਜਿਹੀ ਮਿਨੀਮਲ ਇਨਵੇਜ਼ਿਵ ਸਰਜਰੀ ਕੀਤੀ, ਜਿਹੜੀ ਕਿ ਅੱਜ ਕੱਲ੍ਹ ਸਪੋਰਟਸ ਪਰਸਨਸ 'ਚ ਅਸੀਂ ਆਮ ਕਰਦੇ ਹਾਂ ਜੀ। ਅਤੇ ਉਸ ਸਰਜਰੀ ਤੋਂ ਬਾਅਦ ਇਨ ਏ ਫਿਊ ਡੇਜ਼ ਹੀ ਵੈਂਟ ਬੈਕ ਟੂ ਸਪੋਰਟਸ। ਸੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜੀ ਸਪੋਰਟਸ ਇੰਜਰੀ ਦੂਸਰੀ ਇੰਜਰੀ ਨਾਲੋਂ ਡਿਫਰੈਂਟ ਕਿਉਂ ਹੈ ਜੀ। ਹੁਣ ਜੇ ਅਸੀਂ ਉਹਦੀ ਗੱਲ ਮੰਨ ਕੇ ਉਹਨੂੰ ਕੁਛ ਹਫ਼ਤੇ ਗੇਮ 'ਚੋਂ ਬਾਹਰ ਕੱਢ ਦਿੰਦੇ, ਨੈਚੁਰਲੀ ਇੱਕ ਬੰਦਾ ਬਾਹਰ ਜਾਂਦਾ ਤਾਂ 10 ਬੰਦੇ ਗੇਮ 'ਚ ਐਂਟਰ ਕਰਨ ਲਈ ਲਾਈਨ 'ਚ ਕੰਪੀਟੀਸ਼ਨ ਜੀ, ਅਤੇ ਉਹਦਾ ਸ਼ਾਇਦ ਕੈਰੀਅਰ ਵੀ ਖਰਾਬ ਉਹਨਾਂ ਦਾ ਹੋ ਜਾਂਦਾ ਉਦੋਂ। ਬਟ ਉਸ ਸਰਜਰੀ ਤੋਂ ਬਾਅਦ ਉਹ ਬੜੀ ਫਾਸਟ ਰਿਕਵਰੀ ਹੋਈ ਔਰ ਉਹਨਾਂ ਨੇ ਆਪਣੀ ਗੇਮ ਦੇ ਵਿੱਚ ਆਪਣੀ ਜਗ੍ਹਾ ਬਰਕਰਾਰ ਰੱਖੀ, ਰਾਦਰ ਆਲ ਰਾਊਂਡਰ ਉੱਭਰ ਕੇ ਆਏ, ਹੀ ਵਾਜ਼ ਏ ਬੋਲਰ ਐਂਡ ਏ ਹਿਟਰ ਜੀ, ਔਰ ਉਹਨੇ ਬੜੇ ਮੈਚ ਪਾਕਿਸਤਾਨ ਦੇ ਬਚਾਏ, ਬਲਕਿ ਮੈਨੂੰ ਕਈ ਲੋਕ ਕਹਿੰਦੇ ਸੀ ਵੀ ਤੁਸੀਂ ਪਾਕਿਸਤਾਨ ਦੀ ਮਦਦ ਕਰ ਦਿੱਤੀ ਉਹਦੀ ਹੈਲਪ ਕਰਕੇ। ਬਟ ਇਫ ਵੀ ਲੁੱਕ ਐਟ ਦੀ ਮੈਡੀਕਲ ਸਾਇੰਸਿਸ, ਬਿਲਕੁਲ, ਸੋ ਉਹਦੇ ਲਈ ਮੈਡੀਕਲ ਸਾਇੰਸਿਸ ਲਈ ਸਾਡੇ ਲਈ ਕੋਈ ਰਿਲੀਜਨ, ਕੋਈ ਕੰਟਰੀ, ਕੋਈ ਸੈਕਸ, ਕਿਸੇ ਤਰ੍ਹਾਂ ਦਾ ਕੋਈ ਰੇਸ, ਕੋਈ ਵੀ ਇਹਦੇ ਵਿੱਚ ਬਾਰਡਰਸ ਨਹੀਂ ਹੁੰਦੇ, ਇਨਹਿਬਿਸ਼ਨਸ ਨਹੀਂ ਹੁੰਦੀਆਂ। ਸੋ ਦੈਟ ਇਜ਼ ਹਾਊ ਦੀ ਮੈਡੀਕਲ ਸਾਇੰਸ ਵਰਕਸ ਜੀ। ਵੈਸੇ ਵੀ ਮੈਡੀਕਲ ਸਾਇੰਸ ਦੇ ਵਿੱਚ ਡਾਕਟਰ ਇਜ਼ ਅ ਨੋਬਲ ਜੋ ਹੈ ਪ੍ਰੋਫੈਸ਼ਨ ਹੈ। ਔਰ ਇੱਕ ਸੋਸ਼ਲ ਮੀਡੀਆ 'ਤੇ ਸਾਨੂੰ ਗੱਲ ਹੋਰ ਵੀ ਪਤਾ ਲੱਗੀ ਹੈ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਹੈ ਨਾ ਜਿਹੜਾ, ਉਹ ਸਭ ਕੁਝ ਦੱਸ ਦਿੰਦਾ ਕਿ ਤੁਹਾਨੂੰ ਸੈਲੀਬ੍ਰਿਟੀਜ਼ ਦੇ ਡਾਕਟਰ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਜਿਹੜੇ ਸਪੋਰਟਸ ਪਰਸਨ ਨੇ ਉਹਨਾਂ ਦਾ ਤੁਸੀਂ ਇਲਾਜ ਕੀਤਾ, ਸੋ ਕਿਹੜੇ ਕਿਹੜੇ ਸਪੋਰਟਸ ਪਰਸਨ? ਦੇਖੋ, ਰਜ਼ਾਕ ਤੋਂ ਬਾਅਦ, ਰਜ਼ਾਕ ਨੇ ਜਦ ਵੀ ਇੰਡੀਆ ਆਉਂਦੇ ਸੀ ਉਹ ਉਹਨਾਂ ਦੇ ਨਾਲ ਪੂਰੀ ਪਾਕਿਸਤਾਨ ਦੀ ਟੀਮ ਹੁੰਦੀ ਸੀ, ਅਤੇ ਉਹ ਨੈਚੁਰਲੀ ਟੀਮ ਨੂੰ ਵੀ ਪਤਾ ਲੱਗ ਗਿਆ ਸੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਸੀ, ਥੋੜ੍ਹੀ ਬਹੁਤ ਉਹ ਕੰਸਲਟ ਕਰਦੇ ਸੀ, ਔਰ ਕਈ ਵਾਰੀ ਛੋਟੀ ਛੋਟੀ ਗਾਈਡੈਂਸ ਦੇ ਨਾਲ ਹੀ ਬਹੁਤ ਵੱਡੀਆਂ ਵੱਡੀਆਂ ਪ੍ਰੋਬਲਮਸ ਬਚ ਜਾਂਦੀਆਂ। ਸੋ ਇਨ ਏ ਵੇ ਯੂ ਨੋ ਉਹਨਾਂ ਦੀ ਪੂਰੀ ਟੀਮ ਮੇਰੇ ਤੋਂ ਗਾਈਡੈਂਸ ਲੈਂਦੀ ਸੀ। ਫਿਰ ਮੈਨੂੰ ਲਾਹੌਰ ਉਹਨਾਂ ਨੇ ਇਨਵਾਈਟ ਕੀਤਾ ਸੀ ਇੱਕ ਵਾਰੀ 2005 ਦੇ ਵਿੱਚ, ਉੱਥੇ ਵੀ ਉਹਨਾਂ ਦੇ ਕੁਛ ਜਿਹੜੇ ਸੀਗੇ ਸੀਨੀਅਰ ਪਲੇਅਰਸ ਉਹ ਮੇਰੇ ਤੋਂ ਗਾਈਡੈਂਸ ਲੈਂਦੇ ਸੀ। ਇੰਜ਼ਮਾਮੁਲ ਹੱਕ ਦੇ ਥੰਬ 'ਚ ਚੋਟ ਲੱਗ ਗਈ ਸੀ, ਕੈਪਟਨ ਸੀ ਉਹਨਾਂ ਦੀ ਟੀਮ ਦਾ, ਉਹਦਾ ਵੀ ਟ੍ਰੀਟਮੈਂਟ ਮੈਂ ਕੀਤਾ ਸੀ। ਫਿਰ ਇੰਗਲਿਸ਼ ਦਾ ਐਸ਼ਲੇ ਜਾਇਲਸ ਸੀਗਾ ਸਪਿਨਰ, ਉਹਦੇ ਹੀਲ ਦੇ ਵਿੱਚ ਕਾਫੀ ਪ੍ਰੋਬਲਮ ਹੋ ਗਈ ਸੀ, ਸੋ ਉਹਦਾ ਟ੍ਰੀਟਮੈਂਟ ਹੋਇਆ ਸੀਗਾ। ਫਿਰ ਕੁਛ ਬਾਲੀਵੁੱਡ ਦੀਆਂ ਪਰਸਨੈਲਿਟੀਜ਼ ਸੀਗੇ ਕਿ ਜਿਵੇਂ ਕਿ ਮਿਸਟਰ ਖਿਆਲੀ ਨੇ, ਕਾਮੇਡੀਅਨ ਐਜ ਵੈਲ ਐਜ ਐਕਟਰ ਇਨ ਬਾਲੀਵੁੱਡ, ਕਾਫੀ ਫਿਲਮਾਂ 'ਚ ਉਹਨਾਂ ਨੇ ਕੰਮ ਕੀਤਾ। ਹੋਰ ਵੀ ਕਈ ਸੀਨੀਅਰ
एक्टर्स ने जिन्हां दा मैं नाम नहीं लेना चाहुंदा जी बिल्कुल यू नो दे कम फ्रॉम बॉलीवुड टू गेट देयर जी अच्छा तो गल आउंदी है सेलिब्रिटीज दी जिवें असीं प्रोग्राम दे शुरू दे विच गल कर रहे सीगे कि एक नॉर्मल परसन दा इलाज करना असीं उहनां नूं 10 दिन दे लई कह दिंदे आ तुसीं इदां करो और जदों सेलिब्रिटीज दी गल आउंदी है या स्पोर्ट्स परसन दी गल आउंदी है उहदे विच एक रिक्वायरमेंट हो जाती है कि असीं पब्लिक फेस फिगर हैगे आ ठीक है उहदे विच इह हो जांदा जिहड़े स्कार्स पैंदे ने ड्यूरिंग ऑपरेट है ना मतलब उह चीज़ां नूं वी क्योर करना हुंदा ते फिर किस तरीके दे नाल तुसीं इह सारियां चीज़ां हैंडल करदे हो देखो विच दी मैं गल करदे करदे एक शब्द यूज़ कीता सी मिनिमल इनवेजिव जी सो मिनिमल इनवेजिव दा मतलब हुंदा कि असीं घट तों घट चीरा दईए जी बिल्कुल छोटे छोटे स्कार्स रखिए सो उहदे लई अजकल दूरबीन दे नाल असीं ऑपरेशन करदे हां बहुत सारे छोटे छोटे स्टैब इनसीजन दिंदे जी तीन तीन चार चार मिलीमीटर दे कट्स लगदे आ जी ते उह दिखदे भी नहीं जी ते इक तां इह तरीका हैगा कि असीं उहनां दे जिहड़े हैगे आ उह कॉस्मेटिकली यू नो दे लुक गुड जी सैकेंडली जदों असीं इनसीजन नूं क्लोज करदे हां जी उदों भी अजकल बड़ी स्पैशल टेक्नोलॉजी आ कि सब क्यूटिकुलर सूचर असीं लगाने हैं स्कार बड़े वधिया बनते हैं उहदे नाल सो न्यूअर एडवांसेज इन मेडिसन यूज करते हैं असी तो आड़ा एक्सपर्टाइज बढ़ता रहता है एंड दैट इज़ हाउ यू हेल्प देम जी डॉक्टर साहब गल करांगे जिस तरह अज एक असी बार बार गल कर रहे हैं स्पोर्ट्स इंजरी एंड जेकर इंडिया नू असी देखिए तो इंडिया दे विच मतलब स्पोर्ट्स इंजरी किस लैवल ते तुसी देखदे हो क्योंकि इंटरनेशनल लैवल ते तो बहुत सारिया सहूलत सानू इदां दियां मिल जांदियां क्योंकि आम पब्लिक साडा अज ये प्रोग्राम देख रही है और असी एक अवेयरनैस देना चाहते हैं अपने इस प्रोग्राम के तहत देखो इंडिया दे विच देखो जो आप गेम्स देखते हैं एशियन गेम्स देखते हैं कॉमनवेल्थ गेम्स देखते हैं छोटी छोटी कंट्रीज हैं जापान है कोरिया है साढ़े तो पॉपुलेशन उन्होंने शायद 120th होंगी है 130th होंगी है और उन्होंने मैडल साढ़े तो ज़्यादा होंगे बिल्कुल तो एक्चुअल की होया एक असी स्टडी की इतने पिछे जी असी ये देखिया कि स्कूल के बच्चे जेडे स्पोर्ट्स इंजरीज जिन्होंने होंदिया है उन्होंने ऑलमोस्ट 50% बच्चे स्पोर्ट्स खेलना बंद कर देंगे कि दोबारा इंजरी ना हो जाए उन्हों का ट्रीटमेंट थोड़ा डिले हो गया उन्होंने लग्या कि इंजरी करके पढ़ाई खराब हो गई सो साढ़े देश के विच स्पोर्ट्स इंजरीज का ट्रीटमेंट इन्ना ज़्यादा डिवेलप नहीं हो सकता जिन्ना होना चाहिए बिल्कुल हुण जिहड़े बच्चों ने गेम खेडनी बंद करती उन्हां चो पता नहीं किन्ने सचिन तेंदुलकर बनने सीगे बिल्कुल किन्ने एक साइना नेहवाल बनने सीगे उन्हां चो बच्चे साढ़े सो इस करके हाले भी साढ़े देश दे विच स्पोर्ट्स इंजरी सेंटर जे आपां गल करिए एक जां दो ही ने नैशनल लैवल जी सो मैनूं लगदा कि हर स्टेट दे विच एक डेडिकेटेड सेंटर ऑफ एक्सलेंस होना चाहीदा स्पोर्ट्स इंजरी सेंटर जिथे कि इस लैवल दा ट्रीटमेंट होवे कि स्पोर्ट्स परसन अखां बंद करके उत्थे चल जावे ते उहदा हर तरह का ट्रीटमेंट उत्थे होवे साइंटिफिकली एंड सैकेंडली वो स्पोर्ट्स इंजरीज प्रिवेंशन ते भी उन्हां नूं गाइड करन उन्हां दी परफॉर्मेंस एनहांसमेंट ते भी गाइड करन उन्हां दी डाइट बारे भी उन्हां नूं गाइड करन सो इहदी बहुत जरूरत है ताकि हुण साडी 135-140 करोड़ दी आबादी है ਸਾਡੇ ਤਾਂ ਕੋਈ ਨੇੜੇ ਨਹੀਂ ਲੱਗਣਾ ਚਾਹੀਦਾ ਮੈਡਲਾਂ 'ਚ ਜੀ ਬਿਲਕੁਲ ਡਾਕਟਰ ਸਾਹਿਬ ਬਹੁਤ ਹੀ ਵਧੀਆ ਗੱਲ ਤੁਸੀਂ ਦੱਸੀ ਹੈ ਕਿ ਇਲਾਜ ਸੰਭਵ ਹੈ ਅਗਰ ਸਪੋਰਟਸ ਇੰਜਰੀ ਹੋ ਜਾਂਦੀ ਹੈ ਸਾਨੂੰ ਸਪੋਰਟਸ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੈ ਇਲਾਜ ਜੋ ਹੈ ਉਹ ਸੰਭਵ ਹੈ ਜੇਕਰ ਮੈਂ ਤੁਹਾਡੀ ਟ੍ਰੇਨਿੰਗ ਦੀ ਗੱਲ ਕਰਾਂ ਕਿਉਂਕਿ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਦੇ ਵਿੱਚ ਅਸੀਂ ਗੱਲ ਕੀਤੀ ਕਿ ਅੱਜ ਵੀ ਅਸੀਂ ਸਪੋਰਟਸ ਇੰਜਰੀ ਦੇ ਖੇਤਰ ਦੇ ਵਿੱਚ ਪਿੱਛੇ ਹੈਗੇ ਹਾਂ ਤਾਂ ਤੁਹਾਡੀ ਟ੍ਰੇਨਿੰਗ ਜਾਂ ਤੁਸੀਂ ਕਿੱਥੇ ਕਿੱਥੇ ਟ੍ਰੇਨਿੰਗਸ ਲਗਾਈਆਂ ਇਹ ਗੱਲ ਕਰਨਾ ਲਾਜ਼ਮੀ ਬਣ ਜਾਂਦੀ ਹੈ ਦੇਖੋ ਜਦੋਂ ਅਸੀਂ ਟ੍ਰੇਨਡ ਹੋਏ ਹਾਂ ਜੀ ਉਦੋਂ ਥੋੜ੍ਹਾ ਜਿਹਾ ਸਾਡੇ ਦੇਸ਼ ਦੀ ਇਕਨੋਮੀ ਵੀ ਓਪਨ ਨਹੀਂ ਸੀ ਹੋਈ ਬਾਹਰ ਜਾਣ ਲਈ ਵੀ ਥੋੜ੍ਹਾ ਜਿਹਾ ਐਫਰਟ ਜ਼ਿਆਦਾ ਕਰਨੀ ਪੈਂਦੀ ਸੀ ਸਿੱਖਣ ਲਈ ਮੈਂ ਪਟਿਆਲੇ ਤੋਂ ਸਾਡੀ MBBS ਅਤੇ MS ਤੋਂ ਬਾਅਦ ਫਿਰ ਛੋਟੀਆਂ ਛੋਟੀਆਂ ਟ੍ਰੇਨਿੰਗ ਦੇ ਸਟੈਂਟਸ ਅਸੀਂ ਲਗਾਉਂਦੇ ਰਹੇ ਪਹਿਲਾਂ ਮੈਂ ਇਨਸਬਰੁੱਕ ਇੱਕ ਬਹੁਤ ਵੱਡਾ ਸਕੀਇੰਗ ਸੈਂਟਰ ਹੈ ਇਨਸਬਰੁੱਕ ਦਾ ਯੂਰਪ 'ਚ ਹੈ ਉਹਨਾਂ ਦੀ ਯੂਨੀਵਰਸਿਟੀ ਆਫ ਟਰੋਮੈਟੋਲੋਜੀ ਦੇ ਵਿੱਚ ਟ੍ਰੇਨਿੰਗ ਕੀਤੀ ਫਿਰ ਆਸਟ੍ਰੇਲੀਆ ਦੇ ਵਿੱਚ ਹੈਂਡ ਐਂਡ ਅਪਰ ਲਿਮ ਇੰਜਰੀਜ਼ ਜਿਹੜੀਆਂ ਹੈਗੀਆਂ ਉਹਨਾਂ ਦੀ ਟ੍ਰੇਨਿੰਗ ਲਈ ਫਿਰ ਅਮੈਰੀਕਾ ਦੇ ਤਿੰਨ ਟੌਪ ਹੋਸਪਿਟਲਸ ਦੇ ਵਿੱਚ ਥੋੜ੍ਹੇ ਥੋੜ੍ਹੇ ਸਟੇਂਟਸ ਇਸ ਤਰ੍ਹਾਂ ਫਿਰ ਜਪਾਨ ਦੀਆਂ ਦੋ ਤਿੰਨ ਯੂਨੀਵਰਸਿਟੀਜ਼ ਦੇ ਵਿੱਚ ਪਰ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੇ ਵਿੱਚ ਵੀ ਕਾਫੀ ਟ੍ਰੇਨਿੰਗਸ ਹੈਗੀਆਂ ਸਾਡੇ ਕੋਲ ਜੇ ਅਸੀਂ ਸਪੋਰਟਸ ਇੰਜਰੀ ਐਕਸਪਰਟ
जे असी ट्रेंड करना चाहते हैं जी इंडिया दे विच भी हो सकते हैं और बाहर जाना भी पहला तो बहुत काफ़ी आसान हो चुके हैं जी सो इट्स पॉसिबल जी ठीक है बहुत ही वधिया गल दसी है कि पॉसिबल है सर जदों रोड एक्सीडेंट्स हो जाते हैं उस पॉइंट ते आने ते पेशेंट कई तरह दियाँ इंजरीज ने थोड़े जड़े डैमेज हो जाते हैं है ना तो किन्नी जल्दी जिवें कहिंदे आ कि जड़े थोड़े अंग ने उन्होंने बचाया जा सकता है ना कि इन्ने घंटे दे विच विच अगर तुसी हॉस्पिटल ले आओ तो बोन दे केसिस विच या ऑर्थोपैडिक्स दे केस दे विच किन्नी जल्दी मतलब ये सारा तुसी सर्वाइवल रेट जिन्हों असी कहने किस तरह एक्सप्लेन करोगे देखो असी एक ना टर्म यूज करते हैं मेडिकल साइंस ABC जी सो जदों भी कोई एक्सीडेंट हुंदा रोड पे उत्थे डॉक्टर तो हुंदा नहीं बिल्कुल सब तो पहला तो ऑन द साइट ऑफ एक्सीडेंट उनू एड मिलनी चाहिए जी सो असी गल करते हैं ABC दा ए दा मतलब एयरवे पहला तो जेड़े भी उत्थे आले दुआले लोग आम कॉमन मैन खड़े जी जब पुलिस वाले खड़े आ देखते हैं भी ये सह लै रहा जी ये सह का रस्ता ठीक है एयरवे ठीक है ताकि मूंह दे विच क्लॉट ना फसया हो जा वो बेहोश हो गए उसकी जीभ ना पिछे गिर गई हो सो उसका मूंह का रस्ता एयरवे ठीक करना जी फिर जो सह नहीं लै रहा तो उन्होंने आर्टिफिशियल रेस्पीरेशन बी ते ब्रीदिंग आ गई ठीक है सी ते सर्कुलेशन आ गई भी जे कितने वह ब्लड लॉस हो रहा कितने तो सानू उत्थे उसे वेले प्रैशर बैंडेज दे देनी चाहिए आ जो भी अवेलेबल हो कपड़ा हो चाहे तुसी पजामे का कपड़ा बनाओ ज्यादा मर्जी शॉल का कपड़ा बना सकते ते ओ उस वेले उस ते प्रेशर बैंडेज दे के इमीजिएटली करके एंड एज सून एज पॉसिबल उनू नियरेस्ट हेल्थ फैसिलिटी ते पहुंचाया जावे असी कहने गोल्डन आवर जी गोल्डन आवर का मतलब यह है भी जे एक घंटे दे विच तुसी पहुंचा दो तो बहुत सारिया जाना बच जाए बच सकती हैं और जड़ियाँ बच गई उन्होंने फंक्शन बच जाए डॉक्टर साहब बहुत ही जड़ी जानकारी है अहम जानकारी है जड़ी तुसी सानु दित्ती आ और एक तरह जिंदगी दी ABC जड़ी सिखा दित्ती एक सानू थोड़े बारे होर भी पता लगे कि तुसी शौक रखते हो इन्ने मतलब पेशेंट्स रहना सारा दिन इन्ने क्रिटिकल केस हैंडल करना और लिखन पढ़न और गाण दा शौक क्योंकि एक पॉजिटिव जदों एनर्जी मिलती है ना तुसी किसे इस तरह के परसन को बैठते हो तो गल करनी लाजमी हो जाती है उस शौक नूं भी टाइम दे रहे हो हुण भी रिलैक्स होने लई कोई ना कोई हर एक इंसान नूं चाहिए अपनी हॉबी जरूर परसू करनी चाहिए सो मैं बचपन तो ही मेरा थोड़ा जिहा रुझाव सीगा सिंगिंग वल म्यूजिकल इंस्ट्रूमेंट्स वाल या ईवन एक्टिंग वगैरह वाल जी ते कुछ ना कुछ चलता रहा पिछे जे एक मूवी आई सी एक नूर जी जड़ी की ऑर्गन डोनेशन ते सीगी जी ते उदे विच भी मतलब काफी असी सारे ने मिलके कंट्रीब्यूशन की थी जी कुछ ना कुछ चल असी अपने प्रोग्राम दे विच एक रंगो भी देखना चाहने हैं कुछ सुना सकते हो सो हो तेरे बस में कुछ भी माना तेरा धर्म है अपना कर्म निभाना ना हो तेरे बस में कुछ भी माना तेरा धर्म है अपना कर्म निभाना तेरे पीछे मत वाले क्या सोचें जग वाले आया था इस दुनिया में कोई मस्ताना तरंपम हर दिल को तेरी याद आए तेरे बाद ऐसा तो करता जा फिर दुनिया से डोल एक दिन बिक जाएगा माटी के मोल जग में रह जाएंगे प्यारे तेरे बोल ला 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 बहुत खूब और वैसे भी कहते हैं गलत कोशिश तो माड़ा असर हो सकता है वो कम कर जिदा चंगा असर हो सकता है जिस्म तो वध ख्याल रख नाम दा जिस्म मिट सकता है पर नाम अमर हो सकता है कुछ इस तरह दी लाइना सी गया जांदे जांदे एक मैसेज दे के जाना है वैसे गाने दे थ्रू तुसी मैसेज तो दे दिता पर जांदे जांदे पेशेंट्स दे लई एक मेडिकल साइंस थ्रू जिहड़ा मैसेज है असी दे के जाना देखो मैं यंगस्टर्स जिहड़े साडे मेडिकल साइंसिस दे विच जॉइन कर रहे आ जां जिन्हां ने जॉइन करना जी जब मैं मेडिकल स्टूडेंट सीगा मेरे टीचर ने मैनू एक मैसेज दिता सी जी कि लक्ष्मी दे पिछे जे तुसी दौड़ोगे तो लक्ष्मी अगे अगे दौड़ेगी जी जे तुसी सरस्वती दे पिछे दौड़ोगे तो सरस्वती भी आएगी और लक्ष्मी तुहाडे पिछे पिछे आएगी जी सो पैसे दी खातर सानू कोई भी ऐसा काम नहीं करना चाहिए जिहड़ा कि एथिकली गलत हो गया जी सो यही मैसेज मैं यंगर जनरेशन नू देना चाहना ताकि साड़ी मेडिकल साइंस साड़े देश दी लोकां दा फेथ खत्म हो रहा
ਤੇ ਉਹ ਖਤਮ ਨਾ ਹੋਵੇ। थैंक यू सो मच सर, तुसी साडे नाल गलबात कीती, तुसी अपना कीमती समय दिता सानू, थैंक यू सो मच। थैंक यू जी।